ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਆਪ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਬੁਲਟ ਸਵਾਰ ਦੋ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਆਪ ਵਰਕਰ ਬਚਿੱਤਰ ਸਿੰਘ ਦੀ ਮੌਤ ਹੋ ਗਈ ਹੈ। ਤਾਂ ਆਪ ਵਰਕਰ ਸੀ, ਇਸ ਦੇ ਉੱਤੇ ਦੋ ਹਮਲਾਵਰ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਤਰਨ ਤਾਰਨ ਦੇ ਵਿੱਚ ਪੂਰੀ ਵਾਰਦਾਤ ਵਾਪਰੀ ਹੈ ਜਿੱਥੇ ਤਰਨ ਤਾਰਨ ਦੇ ਆਪ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਤਾਂ ਪੱਟੀ ਦੇ ਪਿੰਡ ਨੌ ਸ਼ਹਿਰਾ ਪਨੂਆ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਤਾਂ ਦੋ ਬੁਲਟ ਸਵਾਰ ਇਹ ਹਮਲਾਵਰ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਇਹ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਆਪ ਵਰਕਰ ਦਾ ਨਾਮ ਬਚਿੱਤਰ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਇਸ ਪੂਰੀ ਵਾਰਦਾਤ ਦੇ ਵਿੱਚ ਮੌਤ ਹੋ ਗਈ ਹੈ। ਤਾਂ ਗੋਲੀਆਂ ਮਾਰ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਤਰਨ ਤਾਰਨ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਆਪ ਵਰਕਰ ਦਾ ਇਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਤਾਂ ਲਾਸ਼ ਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਲਈ ਹਸਪਤਾਲ ਭਿਜਵਾ ਦਿੱਤਾ ਹੈ। ਤਾਂ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਗ੍ਹਾ ਜਗ੍ਹਾ ਤੇ ਲੱਗੇ CCTV ਵੀ ਖੰਗਾਲੇ ਜਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਇਹਨਾਂ ਹਮਲਾਵਰਾਂ ਨੂੰ ਕਾਬੂ ਕੀਤਾ ਜਾ ਸਕੇ। ਮੇਰੇ ਬ੍ਰਦਰ ਆ, ਥੋੜ੍ਹਾ ਚਿਰ ਪਹਿਲਾਂ ਘਰੋਂ ਆਏ ਆ ਹੁਣੇ, ਅਤੇ ਉਸ ਤੋਂ ਬਾਅਦ ਥੋੜ੍ਹੇ ਚਿਰ ਸਾਨੂੰ ਪਤਾ ਲੱਗਾ ਵੀ ਇਹਦੇ ਗੋਲੀਆਂ ਵੱਜ ਗਈਆਂ ਵੱਡੇ 'ਤੇ, ਅਤੇ ਇਹਦੇ ਬੁਲਟ 'ਤੇ ਮੁੰਡੇ ਆਏ ਆ। ਕੱਲ੍ਹ ਭਾਅ ਜੀ ਕੋਈ 6:30 ਲਗਭਗ ਨਸ਼ਹਿਰਾ ਬਣਵਾ ਅੱਡੇ ਵਿੱਚ ਵਿਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ, ਬਹੁਤ ਵਧੀਆ ਮੁੰਡਾ, ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ, ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚੱਲ ਗਏ। ਤਿੰਨ ਗੋਲੀਆਂ ਲੱਗੀਆਂ ਜੀ, ਬਿਲਕੁਲ ਮੌਤ ਹੋ ਗਈ ਜੀ ਵਿੱਚ। ਇਹ ਜੀ ਅੱਡੇ ਦੇ ਉੱਤੇ ਵਾਰਦਾਤ ਹੋਈ ਆ, ਮੁੰਡੇ ਤੋਂ ਆਏ ਇਨਫੀਲਡ ਦੇ ਉੱਤੇ ਅਤੇ ਉਹ ਗੋਲੀਆਂ ਮਾਰ ਕੇ ਅਤੇ ਚਲੇ ਗਏ ਆ। ਜਿਹੜੇ ਮੁੰਡੇ ਤੋਂ ਗੋਲੀਆਂ ਵੱਜੀਆਂ ਉਹਦਾ ਕੀ ਨਾਮ? ਉਹਦਾ ਨਾਮ ਜੀ ਆਪਣਾ ਬਚਿੱਤਰ ਸਿੰਘ ਉਰਫ ਬਿੱਕਰ। ਕੋਈ ਗੱਲਬਾਤ ਪਤਾ ਲੱਗੀ? ਨਹੀਂ ਜੀ, ਗੱਲਬਾਤ ਨਹੀਂ, ਉੱਥੇ ਪੁਲਿਸ CCTV ਕੈਮਰੇ ਚੈੱਕ ਕਰ ਰਹੀ ਆ ਅਤੇ ਉਹ ਤੋਂ ਬਾਅਦ 'ਚ ਪਤਾ ਲੱਗੂਗਾ। ਜੀ ਅਸੀਂ ਤਾਂ ਮੁੰਡੇ ਦੇ ਮਗਰ ਹੀ, ਅੱਜ ਜਦੋਂ ਸਾਨੂੰ ਪਤਾ ਲੱਗਾ ਅਸੀਂ ਮਗਰ ਹੀ ਸਾਰਿਆਂ ਪਰਿਵਾਰ ਭੱਜ ਆਏ ਹਾਂ।